ਰੂਹ ਮੁੱਠ ਦੇ ਵਿੱਚ ਤੇ ਚਾਰੇ ਤਾਕ ਭਿੜੀ ਗਏ। ਰੂਹ ਮੁੱਠ ਦੇ ਵਿੱਚ ਤੇ ਚਾਰੇ ਤਾਕ ਭਿੜੀ ਗਏ। ਸ਼ਾਮੀ ਸੋਤ ਤੇ ਲੇਟਣ ਲੱਗਿਆ, ਉਤਾ ਹੰਜ ਨਾਈ ਖੂਨ ਆਈ ਫੁੱਟਦਿਆਂ, ਬਾਕੀ ਜਬ ਹੱਟਣ ਨੂੰ ਚੇਟਣ ਲੱਗਿਆ। ਉੱਥੇ ਸ਼ੀਂ ਦਾ ਆਰਫ ਕਲਿਆ ਲੱਗਦਾ ਈ, ਤੇਰੇ ਦਰਦ ਸਮੇਟਣ ਲੱਗਿਆ। ਜਿਵੇਂ ਖੂਨ ਬਹਾਏ ਚਾਈ ਦੁਲਹਨ ਰੋਵੇ ਸੇਜ ਵਾਲੇ ਟਣ ਲੱਗਿਆ। ਮਿਹਰਬਾਨੀ ਜੀ, ਆਬਾਦ ਰਹੋ। ਮੈਂ ਜਨਾਬ ਦੀ ਨੌਕਰੀ ਦੇਵਾਂ, ਇਹ ਬਾਈ ਅੱਲਾ ਰੱਖੇ ਵਾਸਤੇ ਤਾੜੀ ਮਾਰੋ ਨਾ, ਇੱਕ ਤਾਂ ਪੈਸੇ ਸਾਜ ਦਿੱਤੇ, ਉਸ ਤਾਂ ਫਰਮਾਇਸ਼ ਵੱਡੀ ਸਾਰੀ ਕਰ ਗਿਆ ਜੀ। ਕੰਨ ਦੌੜਾ ਆਖਿਆ ਸੋਏ ਨੀ ਸੂ, ਆਖਿਆ ਜਾਟ ਤਾਈਂ ਦੇ ਛੋੜ। ਬਈ ਤੇਰੀ ਸਾਂਝ ਤੂੰ ਪਹਿਲਾਂ ਯਾਦ ਸੀ ਆਈ, ਉਹ ਏਡਾ ਦਿਲ ਅਫਸੁਰਦਾ ਹੀ ਕੋਈ ਨਾ। ਮੈਥੇ ਗੁਰਬਤ ਹਾ ਪਰਵਾਹ ਦੀ ਆਏ ਯਾਰ, ਥੁੜਦਾ ਹੀ ਕੋਈ ਨਾ। ਉਹ ਤੇਰੀਆਂ ਆਣ ਕੇ ਮੁਲਕ ਜ਼ਿਆਰਤਾਂ ਕਰ ਸੀ, ਇਹ ਜੋੜ ਤਾਂ ਜੁੜਦਾ ਹੀ ਕੋਈ ਨਾ। ਉਹ ਮੇਰੇ ਬੰਨੇ ਤਰੁੱਟੇ ਸੱਜਣ ਤਾਂ ਉਦਾਣਵੀਆਂ, ਤੇਰੇ ਨਾਲ ਤਾਂ ਟੁਰਦਾ ਹੀ ਕੋਈ ਨਾ। ਮਿਹਰਬਾਨੀ ਹੈ ਜੀ, ਆਬਾਦ ਰਹੋ। ਹਾਂ, ਇਹ ਗੱਲ ਯਾਦ ਆ ਗਈ, ਭਲਾ ਇੱਥੇ ਮੇਰਾ ਘਰ ਹੋਵੇ, ਕਿੱਲੇ ਦੇ ਪੱਤ ਸੱਜਣ ਦਾ ਘਰ ਹੋਵੇ, ਸੁਬਾਹ ਦੁਪਹਿਰ ਸ਼ਾਮ ਦੀਦਾਰ ਹੋਵੇ, ਕਿੱਡਾ ਮਜ਼ਾ ਉਸੀ। ਤੇ ਜੇ ਕਿੱਲੇ ਦੇ ਹਟ ਕੇ ਵਿੱਗੇ ਦੇ ਪਾਤੇ ਗੈਰ ਕੋਠਾ ਤੇ ਗੱਤੇ ਤਾਂ ਕਿਵੇਂ ਲੱਗ ਸੀ ਪਹਿਲਾਂ? ਦੋਵਾਂ ਗੱਲਾਂ ਤੇ ਹਾਇ ਤੁਹਾਨੂੰ ਸਮਝੇ ਸਹੀ ਵੀ ਉਹਨੂੰ ਕੀ ਆਖਿਆ। ਉਹ ਮੁੜ ਗੈਰ ਉਦੇ ਹੀ ਫੇਰਾ ਮਰਿੰਦਾ, ਇਦੇ ਹੀ ਮਰਿੰਦਾ ਹੈ। ਤਵੱਜਾ ਕਰੇ ਕਿ ਇਹ ਗੈਰ ਗਵਾ ਵਿੱਚ ਕਦਣ ਸੁਖਮਦਾ, ਫਟਾ ਤੇ ਜਿਵੇਂ ਲੂਣ ਨਹੀਂ ਪੰਦਾ। ਸੱਚ ਤਾਂ ਅਰੇ ਸਿਆਣੇ ਆ ਦੇਣ ਇੱਕ ਅਣ ਬੰਦਾ, ਮੁੜ ਸਾਂਝ ਰੇ ਅੰਦਾ। ਮਿਹਰਬਾਨੀ ਜੀ, ਆਬਾਦ ਰਹੋ। ਮਿਹਰਬਾਨੀ ਜਾ, ਮਿਹਰਬਾਨੀ ਜੀ, ਮਿਹਰਬਾਨੀ ਮੀਆਂ ਸਾਹਿਬ, ਆਬਾਦ ਰਹੋ। ਹਾਂ, ਤੋ ਯਾਦ ਆਇਆ। ਆ ਭਾਈ ਮੌਲਵੀ ਸਾਹਿਬ, ਘਰ ਬਾਬਾ ਹੀ ਆ ਤੇ ਰੈਡੀਓ ਹੀ ਆ, ਮੈਂ ਅੱਲਾ ਰੱਖੇ ਦੀ ਪਾਰ ਰੁਪਿਆ ਸੁਣਾਈਦਾ। ਘਰ ਬਾਬਾ ਹੀ ਆ ਤੇ ਰੈਡੀਓ ਹੀ ਆ, ਬਲਾ ਬਖਤ ਤੇ ਭੋਰ ਰਲਾ ਸਕਨਾ ਹੈ। ਉਹ ਤੇਰੇ ਹੁੰਦਿਆਂ ਡਿਸ਼ ਜਿਹੀ ਲਾਨਾ ਤਾਈਏ, ਇਹਨੂੰ ਚਾਹ ਕੇ ਬਾਹਰ ਵਗਾ ਸਕਨਾ ਹੈ। ਤੇ ਜਮ ਮੁੱਕੇ ਨਹੀਂ ਹੱਥਾਂ ਚ ਦੋ ਦੋ ਟਾਚੇ, ਤੂੰ ਆਪਣੀ ਨਸਲ ਬਚਾ ਸਕਨਾ ਹੈ, ਤੂੰ ਆਪਣੀ ਨਸਲ ਬਚਾ ਸਕਨਾ ਹੈ, ਤੂੰ ਆਪ ਜੇ ਆਰਿਫ ਠੀਕ ਹੋ ਰਹੇ ਸਾਰੇ ਟੱਬਰ ਨਮਾਜ਼ ਤੇ ਲਾ ਸਕਣ। ਮਿਹਰਬਾਨੀ ਜੀ, ਇੱਕ ਵਾਰੀ ਜ਼ਹਿਨ ਮੇ ਲੈਂਦੇ ਹੋ, ਇੱਕ ਮੰਜ਼ਰ ਕਸ਼ੀ ਕਰੀਏ ਕਿ ਉਦੋਂ ਹਟਦੀ ਜਾਂ ਇਦੋਂ ਮਈਆ ਤਰਵਾਨਾ, ਹਾਈ ਦੀਗੇ ਰਾਏ ਟਕਰਾ ਗਏ ਤੱਕ ਮੰਜ਼ਰ ਮੇਲੀ ਦੋਆਂ ਘਰਾਂ ਦੇ, ਅੱਲਾ ਜਾਣਦਾ ਹੀ ਸਾਏ ਘਬਰਾ ਗਏ। ਜਾਂ ਇਲਮੋ ਯਾਰ ਮਰ ਗਿਆ ਏ, ਅਯੋ ਆਖ ਕੇ ਰੁਖ ਬਦਲਾ ਗਏ। ਹੇ ਸਕੰਦ ਦੇ ਮੱਥੇ ਮਈਆ ਤਾਂ ਨਾ ਲਾਓ, ਮੈਥੋਂ ਸਾਹ ਜਿਹਾ ਸਫ਼ਰ ਵਾਲਾ ਆ ਗਏ।